रजीम बिस्मिल्लाहिर्रहमानिर्रहीम शुरू करता हूँ अल्लाह के पाक बाबरकत नाम से जो नहायत रैम करने वाला है आज मैं आपको बताऊंगा कि बॉयलर की सेटिंग सेंट्रल हीटिंग पे किस तरह करनी है इस पे बिजली इस पे गैस और बिजली का बिल किस तरह सेव करना है आए हम सब मिलकर इसकी सेटिंग करते हैं इससे पहले आप मेरे चैनल को प्लीज़ सब्सक्राइब करें शेयर करें लाइक करें अगर हो सके तो कमेंट जरूर करें अगर आप अच्छा कमेंट करेंगे तो मैं आपको आपका शुक्रिया अदा करूंगा मेरी दिल अफसाई होगी अगर आप बुरा कमेंट करेंगे तो मैं उससे बहुत सारा सीखूंगा बहुत कुछ सीखूंगा अल्लाह आपका हमी और नासिर हो आए तो इसको स्टार्ट करते हैं अच्छा जी ए आ गया बॉयलर सब ने पहले जो ए बटन है ना ਇਹ ਆ ਬੋਇਲਰ ਕੀ ਆਨ ਆਫ ਕਰਨੇ ਵਾਸਤੇ ਹੈ ਫਿਰ ਜਿਹੜਾ ਇਹ ਬਟਨ ਹੈ ਨਾ ਅਦਕੇ ਜੇ ਤੁਸੀਂ ਜੇ ਤੁਸਾਂ ਇਹ ਚੀਜ਼ ਜਿਹੜੀ ਨਾ ਅੱਪਰ ਕਰਸੋ ਨਾ ਇਸਨੇ ਪਰ ਤਾਂ ਇਹ ਆਨ ਹੋ ਸੀ ਜੇ ਇਸੇ ਕੀ ਇਸਨੇ ਪਰ ਖਸੋ ਨਾ ਇਹ ਜਾ ਟਾਈਮਰ ਲੱਗਿਆ ਫਿਰ ਇਸ ਦਾ ਮਤਲਬ ਹੈ ਇਹ ਟਾਈਮਰ ਪਰ ਹੈ ਤਾਂ ਜੇ ਇਸਨੇ ਪਰ ਖਸੋ ਨਾ ਫਿਰ ਇਹ ਤੱਲਾ ਕਰਕੇ ਇਹ ਮਸਲ ਹਸਰਾ ਕਰਕੇ ਆਫ ਇਥਾ ਹੋ ਸੀ ਦਾ ਟਾਈਮਰ ਇਥਾ ਹੋ ਸੀ ਦਾ 24 ਆਵਰ ਆਨ ਠੀਕ ਹੈ ਇਸੇ ਕੇ ਅਸਾਂ ਇੱਥਾ ਕੀਤਾ ਇਹ ਹੋਇਆ ਟਾਈਮਰ ਪਰ ਫਿਰ ਇਹ ਚੀਜ਼ ਐ ਰੈਡੀਏਟਰ ਐ ਪਾਣੀ ਅਸਾਂ ਇਸਨੇ ਟੈਂਪਰੇਚਰ ਫਿਲਰ ਰੱਖਿਆ 39 40 ਇਸਨੇ ਅਸਾਂ ਪਲੱਸ ਕਰੀ ਸਕਨੇ ਆ ਮਾਈਨਸ ਕਰੀ ਸਕਨੇ ਆ ਰੈਡੀਏਟਰ ਅਸਾਂ ਲਾਣੇ ਆ ਰੈਡੀਏਟਰ ਨਾਲ ਅਸਾਂ ਕਰਨਾ ਵਧਾਣਾ ਟੈਂਪਰੇਚਰ ਸਰਦੀ ਆ ਅਸਾਂ ਸੀ ਪਲੱਸ ਕਰਕੇ ਆ ਅਸਾਂ ਆ ਬਟਨ ਦਬਾਣਾ ਹੈ ਯੈਸ ਠੀਕ ਹੈ ਇਸ ਸਾਰਾ ਐਪ ਨਾਲ ਬਟਨ ਨੂੰ ਸਾਰਾ ਸੈਟ ਹੋ ਗਿਆ ਰੈਡੀ ਹੈ ਜੇਕਰ ਘਟਾਣਾ ਹੈ ਸਹੀ ਇਸੇ ਦਬਾਸਾਂ ਥੱਲੇ ਇਹ ਚਾਨੀ ਆਬ ਠੀਕ ਹੈ ਸਟਿਕ ਕੀ ਸਲੈਕਟ ਕਰਸਾਂ ਮੁਰਗਾ ਇਸ ਤਰ੍ਹਾਂ ਹੀ ਦਬਾਸਾਂ ਇਸ ਸਾਰਾ ਪਾਣੀ ਹੈ ਇਹ ਰੈਡੀਏਟਰ ਸੀ ਇਹ ਪਾਣੀਆ ਨਾਲ ਪਾਣੀਆ ਦਾ ਪਲੱਸ ਕਿਤਾਬ ਹੈ ਆ ਤਕੋ ਪਲੱਸ ਮਾਈਨਸ ਅਸਾਂ ਇਸ ਤਰ੍ਹਾਂ ਵਧਾਣੇ ਆ ਪਾਣੀ 45 ਪਰ ਖੜਨੇ ਆ 46 ਹਾਂ ਪਰ ਇਸੇ ਕੀ ਦਬਾਣਾ ਜਾਂ ਤੀਰ ਆਪਣਾ ਇਸ ਕਲਿੱਕ ਕਰਨਾ ਮੁੜ ਕੇ ਇਸੇ ਆਓ ਠੀਕ ਹੈ ਫਿਰ ਅਸਾਂ ਹੁਣ ਇਸੇ ਕੀ ਘਟਾਣੇ ਆ ਇਹ ਸਾਰਾ ਤੇ ਪਾਣੀ ਟੁੱਟੀ ਨਾ ਜਾ ਪਾਣੀ ਹੈ ਸ਼ਾਵਰ ਨੂੰ ਇਸੇ ਕੀਤਾ ਪ੍ਰੈਸ ਤੇ ਚਲ ਹਾਂ ਯਹਾਂ ਪਰ ਮੁੜ ਕੇ ਸਿਲੈਕਟ ਐ ਇਹ ਹੋ ਗਈ ਇਹ ਚੀਜ਼ ਇਸ ਇਹਨਾਂ ਨੇ ਬਾਰੇ ਤਾਂ ਸਮਝ ਜਾਈਓ ਠੀਕ ਹੈ ਹੁਣ ਇਹ ਬਟਨ ਜਿਹੜਾ ਇਹ ਕਸ ਨਾਮ ਹੈ ਇਹ ਬਟਨ ਹੈ ਇਸੀ ਕੇ ਸਾਰੇ ਕੀ ਰੀਸੈਟ ਕਰਨੇ ਵਾਸਤੇ ਇਹ ਜਿਹੜਾ ਬਟਨ ਹੈ ਨਾ ਸਾਰੇ ਬੋਇਲਰ ਕੀ ਰੀਸੈਟ ਕਰਨੇ ਹੁੰਦਾ ਹੈ ਕਿ ਮੈਂ ਦਬਾਣਾ ਉਸ ਤੱਕੇ ਬੰਦ ਹੋ ਜੇ ਰੀਸੈਟ ਦੇਖੇ ਬੰਦ ਹੋ ਗਿਆ ਨਾ ਇਹ ਰੀਸੈਟ ਹੋਣਾ ਪਿਆ ਲੋਡਿੰਗ ਹੁਣ ਆਨ ਹੋ ਗਿਆ ਵੈ ਇਸ ਦਾ ਮਤਲਬ ਹੈ ਵਾਪਸ ਆਨ ਹੋਇਆ ਹੈ ਠੀਕ ਹੈ ਹੁਣ ਅਸਾਂ ਇਸ ਦੀ ਕਿਸ ਰਹਾ ਪਤਾ ਹੈ ਇਸ ਵੀ ਠੀਕ ਹੈ ਖਾਲੀ ਸਰ ਇਹ ਨਹੀਂ ਪਾਣੀ ਖੋਲ ਕੇ ਤੇ ਚੈੱਕ ਕਰਨੇ ਆਂ ਕੁਟੀਆਂ ਆ ਗਿਆ ਤੱਕੇ ਕੁਟੀਆਂ ਨਿਸ਼ਾਨ ਆ ਗਿਆ ਨਾ ਵੀ ਤਾਂ ਇਹ ਇਹ ਚੀਜ਼ ਮੈਨ ਫਿੰਗਰ ਵਾਈ ਆਨ ਹੋ ਗਿਆ ਹੈ ਠੀਕ ਹੈ ਇਹ ਸਮਝ ਆ ਗਈ ਹੈ ਹੁਣ ਇਹ ਚੀਜ਼ ਜਿਹੜੀ ਹੈ ਬਾਰ ਇਹ ਮੈਨ ਇਸਨੇ ਬੋਇਲਰ ਨੇ ਵਿੱਚ ਪਾਣੀ ਹੋਣਾ ਹੈ ਜਿਹੜਾ ਇਸੀ ਕੀ ਇਹ ਲਾਈਨਾਂ ਅੱਪਰ ਲਾਈਨਾਂ ਤੱਕਿਆਂ ਨੇ ਇਹ ਬੁਨਿਆ ਲਾਈਨਾਂ ਇਹਨਾਂ ਨੇ ਦਰਮਿਆਨ ਪਾਣੀ ਹੋਣਾ ਚਾਹੀਦਾ ਨਾ ਨਾ ਇਸ ਤੋਂ ਅੱਪਰ ਪਾਣੀ ਹੋਣਾ ਚਾਹੀਦਾ ਨਾ ਨਾ ਇਹ ਜੇ ਬੁਨਿਆ ਲਾਈਨਾਂ ਇਸ ਤੋਂ ਘਾਟ ਹੋਣਾ ਚਾਹੀਦਾ ਜੇ ਅੱਪਰ ਹੋ ਸੀ ਆਵਰਫਲੋ ਹੋ ਸੀ ਬਾਟ ਐਸੀ ਜੇ ਬਹੁਣੋ ਸੀ ਤਾਂ ਬੋਇਲਰ ਕੀ ਖਤਰਾ ਹੋਣਾ ਵੈ ਪ੍ਰੋਬਲਮ ਕਰਨਾ ਵੈ ਕੋਈ ਨੁਕਸਾਨ ਦੇਣੇ ਕੋਈ ਚੀਜ਼ ਖਰਾਬ ਕਰ ਦੇਣਾ ਅੱਛਾ ਜੀ ਹੁਣ ਆਜੋ ਐ ਟਾਈਮਰ ਪਰ ਟਾਈਮਰ ਜਿਹੜਾ ਨਾ ਇਹ ਤੁਸਾਂ ਨੇ ਸਿਰਫ ਸੈਂਟਰੀ ਹੀਟਿੰਗ ਵਾਸਤੇ ਕੰਮ ਕਰਸੀ ਜਿਤਨਾ ਸਾ ਟਾਈਮਰ ਲਾਸੋ ਇਤਨਾ ਹੀ ਸੈਂਟਰੀ ਹੀਟਿੰਗ ਵਾਸਤੇ ਕੰਮ ਕਰਸੀ ਬਾਕੀ ਜੇ ਬੋਇਲਰ ਸੋਨਾ ਗਰਮ ਪਾਣੀ ਨਾ ਕਰੈਣਾ ਜਿਤਨਾ ਵੀ ਗਰਮ ਪਾਣੀ ਹੈ ਨਾ ਉਹ ਆਉਣਾ ਰੈਸੀ ਸਿਰਫ ਅਸੀਂ ਕੀ ਸੀ ਕਿਆ ਕਰਨਾ ਮੈਂ ਆਨ ਰੱਖਣਾ ਤਾਂ ਇੱਥੋਂ ਹੀ ਸੀ ਕਿ ਆਨ ਕਰਨ ਦਾ ਬਟਨ ਲੱਗਿਆ ਨਾ ਤੱਕ ਇੱਥੋਂ ਆਨ ਕਰਨਾ ਵੈ ਤਾਂ ਮੈਂ ਜਾਂ ਬਟਨਾਂ ਉਸੀ ਸੁਚਾਨ ਰੱਖਣਾ ਵੈ ਆਨ ਰੱਖ ਕੇ ਤੁਸੀਂ ਬੋਇਲਰ ਪਾਣੀ ਗਰਮ ਦੇਸੀ ਸੈਂਟਰੀ ਟਿੰਗ ਵਾਸਤੇ ਤੁਸੀਂ ਕਿਦਰ ਸਿਰਫ ਆਨ ਰੱਖਣਾ ਚਾਹਣੇ ਹੋ ਇਸ ਬਟਨ ਦੀ ਆਨ ਰੱਖਣਾ ਜੇ ਸਾ ਟਾਈਮਰ ਭਲਾਣਾ ਤਾਂ ਮਿਡਲ ਵਿੱਚ ਰੱਖ ਕੇ ਫਿਰ ਸਾ ਟਾਈਮਰ ਆਨ ਕਰਨਾ ਹੁਣ ਤੁਸੀਂ ਇਹ ਤੱਕ ਆਓ ਸੀ ਟਾਈਮਰ ਇਹ ਆਸਾਨੇ ਤੱਕ ਨਿੱਕੇ ਨਿੱਕੇ ਧਾਣੇ ਜਿਹੜੇ ਇਹ ਨਿੱਕੇ ਨਿੱਕੇ ਧਾਣੇ ਅੰਦਰ ਬੜੇ ਇਹ ਟਾਈਮਿੰਗ ਲੱਗੀ ਹੈ 5 ਤੋਂ 6 4 ਤੋਂ ਲੈ ਕੇ 11 ਵਜੇ ਤੱਕ ਮੁਰਗਾ ਜੇ ਦਾਣੇ ਬਾਹਰ ਨਿਕਲੇ ਹਦਕੇ ਆ ਦਾਣੇ ਬਾਹਰ ਨਿਕਲੇ ਨਾ ਇਥੇ ਈਟਿੰਗ ਨਹੀਂ ਚੱਲੇਗੀ ਮੁਰਗਾ ਇਹ ਤੱਕ 6 ਉੱਲਾ ਕੇ 9 ਵਜੇ ਤੱਕ ਫਿਰ ਟਾਈਮਰ ਆਪਣੇ ਆਪ ਆਨ ਹੋ ਜਾਸੀ ਈਟਿੰਗ ਸਟਾਰਟ ਹੋ ਜਾਸੀ ਠੀਕ ਹੈ ਹੁਣ ਤੁਸੀਂ ਦੱਸਾਂ ਕਿ ਇਸੇ ਕੀ ਸੈਟ ਕਿਸ ਤਰ੍ਹਾਂ ਕਰਨਾ ਹੈ ਅੱਛਾ ਜੀ ਮੈਂ ਤੁਹਾਨੂੰ ਦੱਸਿਆ ਕਿ ਸਾਢੇ ਘਰਾਂ ਦੀ ਸੈਟਿੰਗ ਜਿਹੜੀ ਇਸ ਤਰ੍ਹਾਂ ਹੈ ਹੁਣ ਤੁਸੀਂ ਆਪਣੇ ਅਪਰੇ ਕਿ ਤੁਸੀਂ ਆਪਣੇ ਘਰਾਂ ਦੀ ਕਿਸ ਤਰ੍ਹਾਂ ਸੈਟਿੰਗ ਰੱਖਣੀ ਹੈ ਆਪ ਤੱਕ ਇਹ 24 ਘੰਟਿਆਂ ਦਾ ਕਲਕ ਹੈ ਪਰ ਜਿਹੜਾ ਇਹ ਆ ਨਾ ਸੂਈ ਇਹ 12 ਘੰਟਿਆਂ ਦੀ ਨਹੀਂ ਹੈ ਤੁਸੀਂ ਕੀ ਤੱਕਣਾ ਪੈਸੀ ਕਿ 24 ਘੰਟੇ ਇਧਰ ਤੇ ਜਿਹੜਾ ਨਾ 24 ਘੰਟੇ ਇਹ ਜਿਹੜਾ ਇਹ 12 ਘੰਟਿਆਂ ਦੀ ਨਹੀਂ ਹੁਣ ਮੈਂ ਇਸੇ ਕੀ ਸਾਰਿਆਂ ਕੀ ਕਰਸਾਂ ਧਾਣੇ ਬਾਚੂਕਾ ਮਾਰਸਾਂ ਐ ਆਓ ਗਏ ਸਾਰੇ ਧਾਣੇ ਬਾਹਰ ਠੀਕ ਹੈ ਅੱਛਾ ਜੀ ਧਾਣੇ ਕੱਢ ਛੁੱਟ ਨੇ ਸਾਰੇ ਬਾਹਰ ਹੁਣ ਸਕਾ ਕਾ ਕਰਨਾ ਹੈ ਇਸੀ ਕੇ ਸਾਥ ਫਰਸ ਗਰੁਪ ਫੇਰ ਛੋੜਨੇ ਆਇਆ ਠੀਕ ਹੈ ਫੇਰ ਕਹਾਂ ਆ ਸਾਂ ਕਿਆ ਕਰਨਾ ਹੈ ਆਸਾਂ ਨੇ ਕਿ 8 ਵਜੇ ਨਹੀਂ ਫੋਰ ਐਗਜ਼ਾਮਪਲ 8 ਵਜੇ ਆਸਾਂ ਈਟਿੰਗ ਲਾਣੇ ਆ ਸੈਟ ਕਰਨੇ ਆ 8 ਵਜੇ ਪਰ ਪੂਰੇ 8 ਵਜੇ ਪਰ ਇਹ ਐ ਆ ਤੀਰ ਤੱਕੇ ਆ ਤੀਰ ਤੇ 8:20 ਇਸੀ ਕੇ ਆਸਾਂ ਐ ਸੈਟ ਹੋ ਗਿਆ ਐ ਇਟ ਇਜ਼ ਨਾਟ ਅਨਚੋਰਡ ਐ ਤੀਰ ਜਿਹੜਾ ਇਸੀ ਤਰ੍ਹਾਂ ਤੱਕਣਾ ਹੈ ਕਿ ਇਹਦੋਂ ਠੀਕ ਹੈ ਠੀਕ ਹੈ ਮੁਰਕਾ ਜਿਹੜਾ ਇਹ ਦਾਣੇ ਇਹਨਾਂ ਕਿ ਤੁਸੀਂ ਦਬਾਸ਼ ਹੋਣਾ ਅੰਦਰ ਕਿੰਨੇ ਘੰਟੇ ਤੁਸੀਂ 1 ਘੰਟਾ 2 ਘੰਟੇ 3 ਘੰਟੇ 4 ਘੰਟੇ ਜਿੰਨੇ ਤੁਸੀਂ ਸਮਝਣੇ ਹੋ ਇਸ ਹਿਸਾਬ ਨਾਲ ਤੁਸੀਂ ਅ ਦਬਾ ਲੈਣਾ ਹੈ ਇਹਨਾਂ ਦਾਣਿਆਂ ਕੀ ਅੰਦਰ ਕਰ ਛੋੜਨਾ ਠੀਕ ਹੈ ਇੱਥੋਂ ਅਗੇ ਅੰਦਰ ਫਿਰ ਅਸਾਂ ਇਹ 2 3 ਘੰਟੇ ਛੋੜ ਦੇਣੇ ਆ ਮਸਲਨ ਇੱਥੋਂ ਅਸਾਂ ਫਿਰ ਅ 2 ਘੰਟੇ ਫਿਰ ਅਸਾਂ ਘੰਟਾ ਹੀ ਤਾ ਹੋ ਗਿਆ ਘੰਟਾ ਇੱਕ ਇਹ ਆਸਾਂ ਇਹ ਇੱਕ ਤੋਂ 3:00 ਵਜੇ ਤੱਕ ਫਿਰ ਹੀਟਿੰਗ ਲੱਗ ਜਾਸੀ ਤਾਂ ਜੇ ਅੰਦਰ ਥਾ ਗਰਮ ਠੀਗਾ ਹੋਵੇ ਆਟੋਮੈਟਿਕਲੀ ਇਥੇ ਆਨ ਹੋ ਜਾਸੀ ਜਿੱਦ ਤਨੇ ਬਟਨ ਅੰਦਰ ਉਸਨ ਆਟੋਮੈਟਿਕਲੀ ਆਨ ਹੋ ਜਾਸੀ ਫਿਰ فرض ਕਰੋ ਇਥਾ ਸਾਂ 7:00 ਵਜੇ ਜਾਂ 6:00 ਵਜੇ ਆਸਾਂ ਸਵੇਰ 7:00 ਵਜੇ ਨੇ ਲਾਣੇ ਆ ਜਾਂ 6:00 ਵਜੇ ਨੇ ਨਮਾਜ਼ਾ ਵਾਸਤੇ ਉੱਠਣੇ ਆ 6:00 ਵਜੇ ਨੇ ਆਸਾਂ ਸੈੱਟ ਕਰਨੇ ਆ ਠੀਕ ਹੈ ਆ 6:00 ਵਜੇ ਤੋਂ ਲੈ ਕੇ ਬੱਚੇ ਨੇ ਸਕੂਲ ਜਾਣੇ ਤੱਕ 9:00 ਵਜੇ ਤੱਕ ਚੱਲਣਾ ਰਹੀ ਸੀ ਫਿਰ ਇਹ ਗਏ ਫਿਰ ਬੰਦ ਹੋ ਜੀ ਸਿ ਆਟੋਮੈਟਿਕਲੀ ਫਿਰ ਅਗਾ ਸਿੱਧਾ ਜਿਹੜਾ ਬੱਚੇ ਸਕੂਲ ਨੂੰ ਆਪਸ਼ਨ ਉਲਾ ਸਾ ਅਥਾ ਸੰ तकरीबन ਕੋ 2 3 ਆਨ ਹੋ ਜਾਵੇ ਚਾਰ ਪੰਜ ਜੀਆਂ ਜਿਹੜਾ ਨਾ ਫਿਰ ਆਟੋਮੈਟਿਕਲੀ ਆਨ ਹੋ ਜਾਣ ਅ ਅਥਾ ਵੀ ਅਸਾਂ ਨਾ ਛੋੜਨੇ ਆ ਇਹ ਜੀ ਸੈਟਿੰਗ ਹੈ ਨਾ ਇਹ ਮਤਵਤਲ ਆਨ ਆਫ ਆਨ ਆਫ ਰੈਸੀ ਜੇਕਰ ਤੁਸੀਂ ਇਸ ਸੈਟਿੰਗ ਕੀ ਛੋੜ ਦਿਓ ਮਸਲਨ ਚੰਨਰ ਵਿਵਸਤਾ ਅਸਤਾ ਉਸਰਾ ਵੀ ਬਿੱਲ ਜ਼ਦਾ ਹੋਣਾ ਇਸਰਾ ਹੈ ਕਿ ਚਲੋ ਘਾਬ ਘਾਬ ਵਿੱਚ ਵਿੱਚ ਬੰਦ ਰਹੀ ਸੀ ਔਨ ਰਹੀ ਸੀ ਬੰਦ ਰਹੀ ਸੀ ਔਨ ਰਹੀ ਸੀ ਤਦਸਨ ਘਰ ਵੀ ਗਰਮ ਰਹੀ ਸੀ ਤੁਸਨ ਬਿਜਲੀ ਦਾ ਬਿੱਲ ਜਿਹੜਾ ਉਹ ਵੀ ਕਟ ਆਫ ਸੀ ਐਤਨੀ ਸਾਰੀ ਗੱਲ ਹੈ ਤਾਂ ਮੈਨੂੰ ਯਕੀਨ ਹੈ ਕਿ ਸਾਰੇ ਮੇਰੇ ਭੈਣ ਭਰਾ ਸਮਝ ਗਏ ਹੋਸਨ ਯਾਦ ਤੱਕਣ ਵਾਲੇ ਜਿਹੜਾ ਵੀ ਤੱਕਣਾ ਪਿਆ ਵਾ ਉਹ ਸਮਝ ਗਿਆ ਹੋਸੀ ਅੱਲਾ ਸੋਹਣੇ ਨੇ ਵਾਲਾ ਰੱਬ